ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਧਿਆਨਾਂ ਦਾ ਜੀ ਆਇਆਂ ਨੂੰ ਜੀ ਹੁਣੇ-ਹੁਣੇ ਨਵੀਆਂ ਹਦਾਇਤਾਂ ਜਾਰੀ ਵਿਆਹ ਅਤੇ ਸੰਸਕਾਰ ਚ ਇੰਨੇ ਬੰਦੇ ਹੋ ਸਕਣਗੇ ਸ਼ਾਮਿਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਰਿਕਵਰਡ ਦਿਨ ਦਿੱਲੀ ਚ ਕੋਰੋਨਾ ਦੇ ਵੱਧ ਦੇ ਮਾਮਲਿਆਂ ਨੂੰ ਦੇਖਦੇ ਦਿੱਲੀ ਸਰਕਾਰ ਨੇ ਨਵੇਂ ਨਿਰਦੇਸ਼-ਨਿਰਦੇਸ਼ ਜਾਰੀ ਕੀਤੇ ਤੇ ਦਿੱਲੀ ਚ ਹੁਣ ਵਿਆਹ ਸਮਰੋਹ ਚ ਸ਼ਾਮਿਲ ਹੋਣ ਵਾਲੇ ਵੱਧ ਤੋਂ ਵੱਧ ਲੋਕਾਂ ਦੀ ਗਿਣਤੀ ਘੱਟ ਕੇ 100 ਕਰ ਦਿੱਤੀ ਇਹ ਨਿਯਮ ਬੰਦ ਥਾਣਾ ਜਿਵੇਂ ਬੈਕੋਟ ਹਾਲ ਲਾਈਵ ਗਾਂਦ ਤੱਕ ਮੰਥਾ ਮੋਤੇ ਵੱਧ ਤੋਂ 200 ਵਿਅਕਤੀ ਇਕੱਠੇ ਹੋ ਸਕਦੇ ਹਨ ਕਿਸੇ ਖੁੱਲੇ ਸਥਾਨ ਤੇ ਹੁਣ ਵਿਆਹ ਸਮਰੋਹ ਚ 200 ਵਿਅਕਤੀ ਇਕੱਠੇ ਹੋ ਸਕਦੇ ਹਨ ਇਸ ਤੋਂ ਪਹਿਲਾਂ ਖੁੱਲੀ ਜਗ੍ਹਾ ਵਿੱਚ ਲੋਕਾਂ ਦੇ ਇਕੱਠ ਤੇ ਕੋਈ ਪਾਬੰਦੀ ਨਹੀਂ ਸੀ ਇੰਦੇ ਹੀ ਕਿਸੇ ਅੰਦინ ਸੰਸਕਾਰ ਤੇ 50 ਤੋਂ ਵੱਧ ਇਕੱਠੇ ਨਹੀਂ ਹੋ ਸਕਦੇ ਦਿੱਲੀ ਚ ਹੁਕਮ 3 April ਤੱਕ ਲਾਗੂ ਰਹਿਣਗੇ ਦਿੱਲੀ ਸਰਕਾਰ ਦੀਆਂ ਇਹ ਹਦਾਇਤਾਂ ਅਜੇ ਹੀ ਵੇਲੇ ਆਈਆਂ ਜਦੋਂ ਰਾਸ਼ਟਰੀ ਰਾਜਧਾਨੀ ਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਦਿੱਲੀ ਚ ਸ਼ਨੀਚਰਵਾਰ ਨੂੰ ਲਗਾਤਾਰ ਤਿੱਜੇ ਦਿਨ ਕਰੋਨਾ ਦੇ 1500 ਤੋਂ ਵੱਧ ਮਾਮਲੇ ਸਾਹਮਣੇ ਪਿਛਲੇ 24 ਘੰਟਿਆਂ ਚ 1558 ਨਵੇਂ ਮਾਮਲੇ ਸਾਹਮਣੇ ਆਏ ਜਦਕਿ 100 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਪਿਛਲੇ 24 ਘੰਟਿਆਂ ਦੌਰਾਨ ਲਾਸਟ ਤੋਂ ਬਾਅਦ 974 ਵਿਅਕਤੀ ਠੀਕ ਹੋਏ ਇਸ ਵਾਇਰਸ ਕਾਰਨ ਦਿੱਲੀ ਵਿੱਚ ਹੁਣ ਤੱਕ 10997 ਵਿਅਕਤੀਆਂ ਦੀ ਮੌਤ ਹੋ ਚੁੱਕੀ ਤੇ ਐਕਟਿਵ ਕੇਸ ਵੱਧ ਕੇ 6625 ਹੋ ਗਏ ਨੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ